मम्मी इतने मैंने लाया तो तुम आए हो तो काम दसो मैं काम की करना इतने दस दी तेन काम आ फड़ रंबा आ जिन्ना घर हैगा ना ये सारा साफ तू करना है ते एक घंटे दे विच करना भी है मम्मी इन्ना ज्यादा काम है किदा साफ करूंगी इन्ना तुहानू पता एक घंटे विच घर हुंदा वा साफ इन्ना ओदा तो इन्हें मेरे को काम नहीं होना ते हुणे ही कुड़ी आ जाना है ते मुड़के तू कुड़ी दे घर आने च लग जाना है मुड़के किहड़े वेले काम करना है पखंड कर दी जिदा इन्हें पिछे कदे काम ही नहीं किया ये खलारा ही बहुत वा की करा मैंने तो समझ नहीं आई किधरों साफ करा चल इदा कर दी हाँ आ वे इधर हैगा वा इतों शुरू कर दी फिर इतों आप जिन्ना होंगे उन्ना क कर दी चल उतर हुण बुखार बुखूर तो तेनू है नहीं उदा ही बहाना लभ दी स्कूल जान मारी चल भी पैसे खर्चाउण च खुश रहनी हाँ आ गई जे हाँ जी मम्मी आ गई ताओ जा हुण ताओ चढ़ के बह जा मम्मी बुखार ते है नी जेनू पखंड कर दी है थोड़ा बहुत ही है ते छुट्टी दा बहाना ही लभदी है चल कोई नहीं न्याणे इदां ही करदे हुंदे ने छुट्टी कर भी लई तां की हो गया हना मम्मी तुहाडियां इही गल्लां ने ना इहनू भूवे चाढ़िया वा ਤਾਂ ਹੀ ਤਾਂ ਸਕੂਲ ਜਾਣ ਦਾ ਨਾਂ ਨਹੀਂ ਲੈਂਦੀ ਇੱਕ ਨੂਰ ਹੈ ਸਾਡੀ ਇੱਕ ਛੁੱਟੀ ਨਹੀਂ ਕਰਦੀ ਉਹ ਤੇ ਰੋਜ਼ ਹੀ ਜਾਂਦੀ ਹੈ ਨਾ ਤੈਨੂੰ ਕੀ ਬਿਮਾਰੀ ਹੈ ਬੁਖਾਰ ਚੜ ਗਿਆ ਬੁਖਾਰ ਚੜ ਗਿਆ ਹੁਣ ਤੈਨੂੰ ਬਨਾਨਾ ਦੱਸਿਆ ਵਾ ਤੇ ਇਹ ਖਾਣਾ ਵੀ ਹੈਗਾ ਹੀ ਠੀਕ ਹੈ ਨਾ ਇਦਾਂ ਨਾ ਪਏ ਰਹਿਣ ਚੱਲ ਮੇਰੇ ਸਾਹਮਣੇ ਨੂਰ ਦਾ ਨਾਂ ਲਿਆ ਕਰ ਨੂਰ ਪੜ ਕੇ ਡੀਸੀ ਲੱਗ ਜੇਗੀ ਚੱਲ ਮੇਰੀ ਧੀ ਨਾਂ ਲੱਗੇਗੀ ਡੀਸੀ ਕੋਈ ਗੱਲ ਨਹੀਂ ਚੱਲ ਛੱਡ ਹੋਰ ਗੱਲਾਂ ਆ ਦੱਸ ਮੈਨੂੰ ਕੀ ਲਿਆਂਦਾ ਲਿਫਾਫੇ 'ਚ ਇਹ ਮੰਮੀ ਦੀ ਦਵਾਈ ਆ ਨਾ ਵੀ ਠੀਕ ਹੋਣ ਤੇ ਤਾਂ ਵੀ ਨਾਲ ਉਹਨਾਂ ਨੇ ਬੰਨਣੀ ਹੁੰਦੀ ਦਵਾਈ ਤੇ ਮੰਮਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚਾਚੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਗਈ ਸਕੂਲੋਂ ਹਾਂ ਜੀ ਚਲ ਵਧੀ ਆ ਕੀ ਅਕੇਲੇ ਇਹ ਮੇਰੇ ਫੇਵਰੇਟ ਆ ਅੱਛਾ ਫੇਵਰੇਟ ਤੇ ਖਾ ਲੈ ਇੱਧਰ ਪੜਾਣੀ ਆਪਾਂ ਚਾਲੋ ਲੈ ਕੇ ਆਏ ਆ ਹਾਏ ਹਾਏ ਨਹੀਂ ਇਹ ਕੁੜੀ ਤੇ ਬਹਿ ਜਾ ਨੂਰ ਤੂੰ ਇੱਥੇ ਮੈਂ ਤੈਨੂੰ ਬਾਅਦ ਚ ਦਵਾਂਗੀ ਮੰਮੀ ਨੇ ਹੋਣਾ ਕੀ ਆ ਆ ਦਵਾਈ ਉਹੀ ਤੁਹਾਨੂੰ ਦੱਸਣ ਦੀ ਹੈ ਨਾ ਹੈ ਤਾਂ ਚੰਗੀ ਭਲੀ ਆ ਤੇ ਪਰ ਉਹਨਾਂ ਨੇ ਤਾਂ ਦਵਾਈ ਦੇਣੀ ਹੁੰਦੀ ਹੈ ਨਾ ਆ ਲਿਆਂਦਾ ਜੇ ਇੱਕ ਤੁਹਾਡਾ ਸੂਟ ਸੋਹਣਾ ਜੇ ਦੱਸ ਇਹਦੀ ਕੀ ਲੋੜ ਸੀ ਲਿਆਉਣ ਦੀ ਆਪਣਾ ਟਾਈਮ ਤੇ ਵੇਖੀਦਾ ਹੁੰਦਾ ਏ ਦਵਾਈ ਲੈਣ ਗਏ ਹਾਂ ਤੂੰ ਉਹ ਦਵਾਈ ਲੈ ਕੇ ਘਰ ਨੂੰ ਆਉਣਾ ਸੀ ਸੂਟ ਬਥੇਰੇ ਹਨ ਮੇਰੇ ਕੋਲ ਮੰਮੀ ਮੈਨੂੰ ਨਾ ਸੋਹਣਾ ਲੱਗਣ ਦਿਆ ਇਹ ਪਿਆ ਤੇ ਮੈਂ ਕਿਹਾ ਚਲੋ ਲੈ ਹੀ ਜਾਣੇ ਮੰਮੀ ਵਾਸਤੇ ਹੁਣ ਖਾ ਲੈ ਵੀ ਉਹਦੇ ਕੋਲ ਤੇ ਲਫਾਫਾ ਖੋਲ ਆਈ ਚੱਲ ਆ ਰਹੀ ਤੈਨੂੰ ਪੜਾਵਾਂ ਜਾ ਕੇ ਪੜ ਲੈ ਕੁਝ ਅੱਜ ਯਾਦ ਕਰੇਂਗੀ ਤੇ ਕੱਲ ਸਕੂਲ ਜਾਣ ਵਾਲੀ ਬਣੇਗੀ ਮੂੰਹ ਚ ਉਂਗਲਾ ਨਾ ਪਾ ਹੁਣ ਦਾਦੀ ਜੀ ਮੇਰੀ ਮੰਮੀ ਕਿੱਥੇ ਆ ਇੱਥੇ ਤੇਰੀ ਮੰਮੀ ਜਾ ਕੇ ਤੇ ਵਰਦੀ ਲਾ ਫੇਰ ਮੰਮੀ ਤੇਰੀ ਆਣ ਕੇ ਤੇ ਧੋਣ ਬਹਿ ਜਾਣਾ ਹੈ ਰੋਜ਼ ਸਾਬਣ ਦੀ ਟਿੱਕੀ ਲੱਗਦੀ ਹੈ ਮੰਮੀ ਸੱਚ ਦੀਦੀ ਦਿਖੇ ਨਹੀਂ ਹੈਗੇ ਕਿੱਥੇ ਨੇ ਇੱਥੇ ਹੀ ਦੀਦੀ ਦੀਦੀ ਕਿਤੇ ਚਲੀ ਨਹੀਂ ਗਈ ਉੱਥੇ ਡਾ ਕੇ ਆਈ ਉਹਨੂੰ ਮੈਂ ਕਿਹਾ ਘਾਹ ਪੁੱਟ ਆਪਣੇ ਥਾਂ ਚੋਂ ਕੋ ਸਬਜ਼ੀ ਵੀ ਸੂਜੀ ਲਾਵਾਂਗੇ ਸਿਆਲ ਵਾਲੀ ਚੱਲ ਆ ਜਾ ਕੰਮ ਕਰ ਲੈ ਤੇਰੀ 7 ਵਜੇ ਬੱਸ ਆ ਜਾਣੀ ਆ ਫਿਰ ਤੂੰ ਕਹਿੰਦੀ ਮੈਂ ਨਹੀਂ ਜਾਣਾ ਬੱਸ ਨੂੰ ਵੇਖ ਕੇ ਆ ਜਾ ਆ ਰੱਖ ਲਿਓ ਸੂਟ ਫਿਰ ਐਦਾਂ ਕਰਦੀ ਆ ਕਿਹੜਾ ਇੰਨਾ ਕੁ ਕੀਤਾ ਵਾ ਨਾ ਇਹਨੂੰ ਪਹਿਲਾਂ ਚੁੱਕ ਲੈਣੀ ਆ ਫਿਰ ਬਾਅਦ ਚ ਬਾਕੀ ਸ਼ੁਰੂ ਕਰਦੀ ਆ ਉਦਾਂ ਵੇਖ ਲੈ ਮੇਰੀ ਕਿਸਮਤ ਜਿੱਦਾਂ ਸ਼ਰਨ ਨੌ ਮੈਂ ਪਰ ਵੇਖ ਲਓ ਮੇਰੇ ਕੋਲੋਂ ਕਿੰਨਾ ਕੰਮ ਲੈਂਦੇ ਆ ਮੰਮੀ ਪਤਾ ਨਹੀਂ ਮੇਰੇ ਨਾਲ ਹੀ ਇੱਦਾਂ ਕਿਉਂ ਕਰਦੇ ਆ ਜਾਂ ਇਹ ਸੋਚਦੇ ਕਿ ਮੈਂ ਪਿੱਛੋਂ ਮਾੜੀ ਹਾਂ ਮਾੜੇ ਘਰ ਦੇ ਵਿੱਚੋਂ ਇਸ ਕਰਕੇ ਮੇਰੇ ਨਾਲ ਇੱਦਾਂ ਕਰਦੇ ਆ ਨਹੀਂ ਤਾਂ ਸ਼ਰਨ ਵੀ ਤਾਂ ਉਨੀ ਨਾ ਉਹਨੂੰ ਵੀ ਕੰਮ ਕਹਿ ਹੀ ਸਕਦੇ ਆ
चलो जो मेरे कर्मा चा मैं दस भी नहीं सकती किसी नूं, किस्मत जो लिखा के आई उही मेरे ना होना। आहो यार वो तो गल तेरी ठीक आ, नहीं नहीं मम्मी ने मैं सलाह कर लाँगा। हाँ ठीक है बस मैं पहुँचना घर। हाँ चल ठीक है मैं तेनों करता बाद फोन। है यार भाभी कि थान करना पुछा भला जाके। भाभी की डेजे करना जगी करना मैं की है ਘਾਹ ਘੂਹ ਜਿਹਾ ਬੜਾ ਤੇਰੇ ਸਾਹਮਣੇ ਵੇਖ ਕਿੱਦਾਂ ਵੱਲਾਂ ਦੀ ਹੁਣ ਖਿਲਰੀਆਂ ਵਾ ਤੇ ਇਹ ਗੜੀਆਂ ਹੁਣ ਚਾਹੀਦੀਆਂ ਬਾਹਰ ਤੇ ਤੋਰੀਆਂ ਦੀ ਮੁੱਕ ਗਈ ਆ। ਉਹ ਭਾਬੀ ਉਹਦੇ ਗੱਲ ਦਾ ਠੀਕ ਆ ਤੁਸੀਂ ਮੈਨੂੰ ਕਹਿ ਲੈਂਦੇ ਮੈਂ ਕਰ ਦਿੰਦਾ ਸਾਫ਼ ਸਾਰਾ।
ਨਹੀਂ ਚੱਲ ਤੂੰ ਘੜੀ ਜਾ ਰੈਸਟ ਕਰ ਤੂੰ ਬਾਹਰੋਂ ਆਇਆ ਵਾ ਤੇ ਮੈਂ ਕਰ ਲੈਣੀ ਮੈਂ ਵਿਹਲੇ ਬੈਠੇ ਨੇ ਕਿਹੜਾ ਵਧਣਾ ਵਾ ਥੋੜਾ ਬਹੁਤਾ ਸਾਫ ਸਫਾਈ ਕਰੂੰਗੀ ਤੇ ਸੋਹਣੀ ਲੱਗਦੀ ਹੈ ਵੇਖਣ ਨੂੰ ਉਹ ਭਾਬੀ ਕੋਈ ਨਹੀਂ ਮੈਂ ਰੈਸਟ ਹੀ ਡਿਆਂ ਕਰਨ ਸਵੇਰ ਦੀ ਮੈਂ ਕਰ ਇੱਥੇ ਕਈ ਫੜ ਕੇ ਬੈਠਾ ਹਾਂ ਤੁਸੀਂ ਜਾਓ ਕੋਈ ਨਹੀਂ ਮੈਂ ਕਰਨਾ ਜਾਓ ਫਿਰ ਜੇ ਗੱਲ ਤੇ ਜਾਓ ਹਾਂ ਜੱਗੀ ਚੱਲ ਮੈਂ ਕਰ ਲੈਣੇ ਨਹੀਂ ਜਾਓ ਤੁਸੀਂ ਕੋਈ ਨਹੀਂ ਕਰ ਲਈ ਚੱਲ ਬਾਕੀ ਫਿਰ ਬਾਅਦ ਚ ਵੇਖੀ ਜਾਓ ਉਹ ਭਾਬੀ ਟੈਨਸ਼ਨ ਨਾ ਲਓ ਤੁਸੀਂ ਮੇਰੇ ਹੁੰਦੇ ਜਾਓ ਤੁਸੀਂ ਕੋਈ ਨਹੀਂ ਮੈਂ ਆ ਗਿਆ ਚਲ ਇਦਾਂ ਕਰਾਂ ਸਾਰਿਆਂ ਨਾਲ ਬੱਲਾ ਬੁੱਲਾ ਲਾਵਾਂ ਹਨਾ ਫਿਰ ਹੀ ਸਾਫ਼ ਹੋਣਾ ਚੰਗੀ ਤਰ੍ਹਾਂ ਸਕੂਟਰੀ ਲੱਗੀ ਆ ਲੱਗਦਾ ਸ਼ਰਨ ਵੀ ਆ ਗਈ ਆ ਨੂਰ ਵੀ ਆ ਗਈ ਉਹਨੇ ਵੇਖਾਂ ਭਲਾ ਚੱਕ ਕੇ ਚੱਲ ਸੂਟ ਤਾਂ ਸੋਹਣਾ ਲਿਆਈਏ ਵੱਡੀ ਨੂੰ ਆਖਾਂਗੀ ਆਪੇ ਸੀਏਗੀ ਆਪਣੇ ਐਡੇ ਸੋਹਣੇ ਸੀਂਦੀ ਹੈ ਤੇ ਇਹ ਨਾ ਸੀਏਗੀ ਬਾਹਰ ਜ਼ਰੂਰ ਸਵਾਈ ਦੇਣੀ ਹੈ ਮੰਮੀ ਕੀ ਕਰਨ ਡੇ ਜੇ ਨਹੀਂ ਤੂੰ ਆ ਵੀ ਗਈ ਹੈ ਤੈਨੂੰ ਮੈਂ ਉੱਥੇ ਕੰਮ ਲਾ ਕੇ ਆਈ ਹਾਂ ਤੇ ਉਹ ਕੰਮ ਹੋ ਗਿਆ ਤੇ ਮੰਮੀ ਉਹ ਮੈਂ ਤਾਂ ਡਈ ਹੀ ਕੰਮ ਕਰਨ ਤੇ ਜੱਗੀ ਆ ਗਿਆ ਤਾਂ ਉਹ ਕਹਿੰਦਾ ਚੱਲ ਤੁਸੀਂ ਘਰ ਨੂੰ ਚੱਲ ਜਾਓ ਤੇ ਮੈਂ ਕਰਦਾ ਆ ਤੂੰ ਹੁਣ ਉੱਥੇ ਜੱਗੀ ਨੂੰ ਲਾਈ ਹੈ ਜੱਗੀ ਘਰੇ ਕਿੱਥੋਂ ਕਿੱਧਰੋਂ ਆਇਆ ਖਪਿਆ ਤਾਂ ਪਿਆ ਤੁਹਾਨੂੰ ਉੱਥੇ ਉਹਨੂੰ ਕੰਮ ਲਾਈ ਹੈ ਮੈਂ ਤਾਂ ਮੰਮੀ ਉਹਨੂੰ ਕਿਹਾ ਮੈਂ ਚੱਲ ਤੂੰ ਕੋਈ ਰੈਸਟ ਕਰ ਲੈ ਜਾ ਕੇ ਚੱਲ ਜੇ ਕਹਿੰਦਾ ਮੈਂ ਕਿਸੇ ਮੁੰਡੇ ਦੇ ਨਾਲ ਗਿਆ ਮਾੜਾ ਜਿਹਾ ਤੇ ਮੈਂ ਚੱਲ ਕੋਈ ਨਹੀਂ ਤੂੰ ਰੈਸਟ ਕਰ ਲੈ ਤੇ ਮੈਂ ਕਰ ਲੈਂਦੀ ਹਾਂ ਤੂੰ ਕਹਿੰਦਾ ਨਹੀਂ ਭਾਬੀ ਘਰ ਨੂੰ ਜਾ ਕੁੜੀ ਦਾ ਵੀ ਟਾਈਮ ਹੋਣ ਡਿਆ ਵਾ ਤੇ ਤੂੰ ਘਰ ਨੂੰ ਚੱਲ ਜਾ ਤੇ ਮੈਂ ਆਂਦਾ ਕਰਦਾ ਵਾ ਤੂੰ ਤੇ ਅੱਗੇ ਹੀ ਬਹਾਨੇ ਭਾਲਨੀ ਹੈ ਕਿ ਕੰਮ ਨਾ ਆਈ ਹੋਏ ਤਾਂ ਵਧੀਆ ਕਰ ਲੈ ਹੈ ਮੈਂ ਤੈਨੂੰ ਉੱਥੇ ਕੰਮ ਲਾ ਕੇ ਆਈ ਹਾਂ ਤੂੰ ਉੱਥੇ ਮੁੰਡੇ ਨੂੰ ਦਾਈਂ ਕੰਮ ਮੈਂ ਤਾਂ ਮੰਮੀ ਇਹਨਾਂ ਨੂੰ ਕਿਹਾ ਤੇ ਮੈਂ ਚੱਲ ਮੈਂ ਜਾਣੀ ਆ ਫਿਰ ਘਰ ਨੂੰ ਚੱਲ ਜਾ ਫਿਰ ਹੁਣ ਕੋਟ ਕੋਟ ਚਾਹ ਬਣਾ ਚਲੋ ਠੀਕ ਹੈ ਪੀਏ ਨੂਰ ਬਾਹਰ ਬੈਠੀ ਆ ਮੈਂ ਤਾਂ ਚਾਹ ਬਣਾਉਣੀ ਚਲ ਪਹਿਲਾਂ ਨੂਰ ਨੂੰ ਵਹਿੰਦੀ ਆ ਨੂਰ ਹਾਂਜੀ ਮੰਮਾ ਜੀ ਪੁੱਤ ਕੀ ਕਰਨ ਡਈ ਆ ਮੰਮਾ ਕੁੱਖ ਨਹੀਂ ਪੜਨ ਡਈ ਸੀ ਤੇ ਤੂੰ ਪੁੱਤ ਹੁੰਦਿਆਂ ਪੜਨ ਡੈ ਪਈਆਂ ਤੇ ਪਹਿਲਾਂ ਕੁਛ ਖਾ ਪੀ ਲੈਣਾ ਖਾਧਾ ਕੁਛ ਕਿ ਨਹੀਂ ਨਹੀਂ ਮੰਮਾ ਜੀ ਹਰੇ ਤਾਂ ਨਹੀਂ ਖਾਧਾ ਤੇ ਪੁੱਤ ਪਹਿਲਾਂ ਖਾਣ ਵੱਲ ਧਿਆਨ ਰੱਖ ਜਾ ਇਹਦਾ ਨਾ ਮੇਰਾ ਪੁੱਤ ਪੜ੍ਹ ਤਾਂ ਮੈਨੂੰ ਪਤਾ ਵਾ ਕਿ ਤੂੰ ਬੜਾ ਪੜ੍ਹਦੀ ਆ ਪਰ ਥੋੜ੍ਹਾ ਪਹਿਲਾਂ ਕੁਛ ਖਾ ਪੀ ਲਾ ਤੇ ਫਿਰ ਬੰਦਾ ਪੜ੍ਹਦਾ ਵਾ ਮੰਮਾ ਕੋਈ ਗੱਲ ਨਹੀਂ ਖਾਣਾ ਤਾਂ ਮੈਂ ਖਾ ਲੈਣੀ ਆ ਤੁਸੀਂ ਕਿੱਥੇ ਗਏ ਪੁੱਤ ਮੈਂ ਕਿੱਥੇ ਜਾਣਾ ਸੀ ਮੈਂ ਥੋੜ੍ਹਾ ਜਿਹਾ ਨਾ ਬਾਹਰ ਕੰਮ ਸੀ ਉੱਥੇ ਨਾ ਘਾਹ ਘੂਹ ਜਿਹਾ ਬੜਾ ਸੀ ਤੇ ਮੈਂ ਚੱਲ ਕੋਈ ਸਿਆਲ ਵਾਲੀਆਂ ਸਬਜ਼ੀਆਂ ਲਾਉਂਦੇ ਹਾਂ ਸਬਜ਼ੀ ਸਿਆਲ ਵਾਲੀ ਤੈਨੂੰ ਪਤਾ ਘਰ ਦੀ ਉਹਦੇ ਕਿੰਨੀ ਮੌਜ ਹੁੰਦੀ ਆ ਤੇ ਉਹਦੇ ਕਰਕੇ ਮੈਂ ਬਾਹਰ ਡਈ ਘਾਹ ਘੂਹ ਸਾਫ਼ ਕਰਨ ਹਾਂ ਤੇ ਫਿਰ ਤੇਰਾ ਚਾਚੂ ਆ ਗਿਆ ਉੱਥੇ ਤੋਂ ਕਹਿੰਦਾ ਕਿ ਚੱਲ ਤੁਸੀਂ ਚੱਲ ਜਾਓ ਘਰ ਤੇ ਮੈਂ ਚੱਲ ਮੈਂ ਤੁਹਾਨੂੰ ਵਹਿੰਦੀ ਹਾਂ ਤੇ ਫਿਰ ਡੈ ਪਿਆ ਉਹ ਸਾਫ਼ ਸਫਾਈ ਕਰਨ ਚੱਲ ਮੇਰੀ ਗੱਲ ਸੁਣ ਪੁੱਤ ਪਾਣੀ ਪੂਣੀ ਪੀਣਾ ਵਾ ਨਹੀਂ ਮੰਮਾ ਜੀ ਪਾਣੀ ਤਾਂ ਨਹੀਂ ਪੀਣਾ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂ ਪੁੱਤ ਦੱਸ ਮੰਮਾ ਜੀ ਚਾਚੇ ਹੋਣੀ ਨਾ ਸ਼ਹਿਰੋਂ ਆਏ ਸੀ ਤੇ ਉਹਨਾਂ ਨੇ ਬਨਾਨਾ ਲੈ ਕੇ ਆਏ ਸੀ ਤੇ ਮੈਂ ਨਾ ਖਾਣ ਲੱਗੀ ਤੇ ਜੋਤ ਨੇ ਮੇਰੇ ਕੋਲ ਖੋਲੇ ਜੋਤ ਨੇ ਤੇਰੇ ਕੋਲ ਖੋਲੇ ਹਾਂਜੀ ਕੇਲੇ ਲੈ ਕੇ ਆਈ ਚਾਚੀ ਹਾਂਜੀ ਸ਼ਹਿਰੋਂ ਲੈ ਕੇ ਆਈ ਹੋਣੀ ਹੈ ਨਾ ਤੇ ਉਹਨੇ ਤੇਰੇ ਕੋਲ ਕਦ ਖੋਲੇ ਪਤਾ ਨਹੀਂ ਮੈਂ ਤੇ ਹਲੇ ਫੜੇ ਸੀ ਤੇ ਉਹਨੇ ਖੋਲੇ ਮੰਮਾ ਜੀ ਤੁਹਾਨੂੰ ਤਾਂ ਪਤਾ ਸੀ ਮੇਰਾ ਬਨਾਨਾ ਫੇਵਰੇਟ ਹੀ ਤੇ ਮੈਨੂੰ ਭੁੱਖ ਵੀ ਬੜੀ ਲੱਗੀ ਸੀ ਤੇ ਜੋਤ ਨੇ ਨਹੀਂ ਖਾਣ ਨੂੰ ਤਾਂ ਨਹੀਂ ਮੰਮਾ ਜੀ ਤੇ ਨਾ ਜੋਤ ਲੱਗੇ ਚਾਚੀ ਵੀ ਬੈਠੀ ਸੀ ਚਾਚੀ ਨੇ ਵੀ ਨਹੀਂ ਜੋਤ ਨੂੰ ਡਾਂਟਿਆ ਚਾਚੀ ਲੱਗੇ ਸੀ ਹਾਂਜੀ ਤੇ ਉਹਨਾਂ ਨੇ ਕਿਹਾ ਕਿ ਚੱਲ ਕੋਈ ਨਹੀਂ ਨੂਰ ਲੈ ਜਾ ਖਾ ਲਾ ਮੇਰੀ ਗੱਲ ਸੁਣ ਕੀ ਕਹਿਣੀ ਹੈ ਮਾਂ ਨੂੰ ਇਹਨਾਂ ਗੱਲਾਂ ਕਰਕੇ ਨਾ ਤਾਂ ਹੀ ਨਹੀਂ ਮੰਮੀ ਤੈਨੂੰ ਪਸੰਦ ਕਰਦੀ ਜੇ ਇਹ ਗੱਲਾਂ ਨਾ ਕਰੇ ਨਿਆਣਾ ਦਾ ਕੀ ਕੰਮ ਹੈ ਵੱਡਿਆਂ ਨੂੰ ਸ਼ਿਕਾਇਤਾਂ ਲਾਉਣੀਆਂ ਸ਼ਰਨ ਗੱਲ ਤੇ ਉਹਨੇ ਕੋਈ ਨਹੀਂ ਕੀਤੀ ਉਹ ਸਿਰਫ ਇੰਨਾ ਕਹਿਣ ਡਈ ਕਿ ਮੈਨੂੰ ਭੁੱਖ ਬੜੀ ਲੱਗੀ ਤੇ ਚਾਚੀ ਕੇਲੇ ਲਿਆਈ ਦੀਦੀ ਇਹ ਸਾਰੀ ਗੱਲ ਮੇਰੇ ਸਾਹਮਣੇ ਹੋਈ ਆ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਤੇ ਕਿਉਂ ਨਹੀਂ ਮੈਂ ਤੈਨੂੰ ਕਿਹਾ ਕਿ ਖਾਲਾ ਬਣੈਣਾ ਤੂੰ ਆਖਣ ਡਿਆ ਤੇ ਜੋਤ ਨੇ ਮੈਨੂੰ ਖਾਣ ਦਿੱਤਾ ਚੱਲ ਕੋਈ ਗੱਲ ਨਹੀਂ ਨਿਆਣੀ ਸਿਆਣੀ ਆ ਇਹ ਕਿਹੜੀ ਕੇਲਿਆਂ ਤੇ ਲੱਗੀ ਆ ਕੋਈ ਨਹੀਂ ਫਿਰ ਖਾ ਲੂਗੀ ਬਾਅਦ ਚ ਤੇ ਇਹਦੇ ਕੰਮ ਕਿੱਦਾਂ ਦੇ ਨੇ ਮੈਂ ਤੇ ਇਹਨੂੰ ਬੜੀ ਚੰਗੀ ਸਮਝਦੀ ਆ ਮੰਮੀ ਸੱਚ ਹੀ ਹੁੰਦਾ ਕਹਿੰਦੀ ਆ ਕਿ ਇਹਦੀ ਜ਼ਬਾਨ ਬੜੀ ਆ
ਸ਼ਰਨ ਨਹੀਂ ਇੱਦਾਂ ਨਹੀਂ ਹੁੰਦੇ ਨਿਆਣੇ ਤੇਰੇ ਪਤਾ ਨਿਆਣੇ ਹੁੰਦੇ ਨਿਆਣੇ ਤੇ ਰੱਬ ਦਾ ਰੂਪ ਆ ਹਲੇ ਕਿਹੜੀ ਹੋਈ ਏਡੀ ਸਿਆਣੀ ਹੋ ਗਈ ਉਹ ਤਾਂ ਉਦਾਂ ਮੈਨੂੰ ਚਰੀ ਗੱਲ ਦੱਸਣ ਦੀ ਤੇ ਉਹ ਦੀਦੀ ਸਿਆਣੀ ਆ ਹੈ ਤਾਂ ਸਹੀ ਹੈ ਪਰ ਤੈਨੂੰ ਪਤਾ ਇਹਦੇ ਵਿਚਾਰੀ ਗੱਲ ਵੀ ਨਹੀਂ ਇੰਨੀ ਸੋ ਕਰਦੀ ਸੋ ਇਹਦੇ ਨਾਲੋਂ ਜ਼ਿਆਦਾ ਚੈਂਟ ਉਹ ਲੱਗਦੀ ਹੈ ਇਹਨੇ ਤਾਂ ਵਿਚਾਰੀ ਨੇ ਉਦਾਂ ਨਾਰਮਲੀ ਮੈਨੂੰ ਦੱਸਿਆ ਹੈ ਨਿੱਕੀ ਜੀ ਮੇਰੀ ਕੁੜੀ ਹੈ ਉਹ ਚੈਂਟ ਹੈ ਤੇ ਇਹ ਭੋਲੀ ਹੈ ਇਹ ਨਾ ਤੁਹਾਡੇ ਵਾਂਗੂ ਉਦਾਂ ਹੀ ਭੋਲੀ ਜੀ ਬਣੀ ਰਹਿੰਦੀ ਆ ਜਾਣਦੀ ਆ ਇਹਨੂੰ ਮੈਂ ਕਿੰਨੀ ਆ ਸ਼ਿਕਾਇਤਾਂ ਤੇ ਇੰਨੀਆਂ ਲਾਉਂਦੀ ਕੋਈ ਹਿਸਾਬ ਨਹੀਂ ਆ ਇਹਦਾ ਫਰਜ਼ ਬਣਦਾ ਵੱਡਿਆਂ ਬਾਰੇ ਇੰਨਾ ਸੋਚਣ ਦਾ ਚਲ ਕੋਈ ਗੱਲ ਨਹੀਂ ਅੱਗੇ ਤੋਂ ਬਦਲ ਦਾ ਇਹ ਗੱਲ ਕੀਤੀ ਨਾ ਤੇ ਵੇਖ ਲਈ ਚਲ ਨਹੀਂ ਕਰਦੇ ਉਹ ਉਦਾਂ ਮੈਨੂੰ ਵਿਚਾਰੀ ਦੱਸਣ ਦੇ ਕਿ ਚਲ ਆਪਣੀ ਮਾਂ ਨੂੰ ਕੋਈ ਬੱਚਾ ਦੱਸਦਾ ਹੈ ਕੋਈ ਵੀ ਨਿੱਕੀ ਨਿੱਕੀ ਗੱਲ ਉਹ ਦੱਸਦਾ ਤਾਂ ਹੁੰਦਾ ਹੀ ਹੈ ਦੀਦੀ ਤੁਸੀਂ ਫੇਰ ਪਰਦੇ ਪਾਈ ਜਾਂਦੇ ਜੀ ਨਹੀਂ ਇਹ ਕਿੱਦਾਂ ਦੀ ਗੱਲ ਹੋਈ ਵਿਹਾਰੀ ਇੱਕ ਗੱਲ ਕਰਨ ਦੀ ਚਲ ਕੋਈ ਨਹੀਂ ਨੂਰ ਤੂੰ ਨਾ ਪਤਾ ਅੱਗੇ ਤੋਂ ਕੋਈ ਗੱਲ ਹਨਾ ਕਰੀ ਉਹਨੂੰ ਡਾਂਟਣ ਦੇ ਬਜਾਏ ਸਗੋਂ ਭੂਏ ਚੜਾਓ ਕਿ ਇਦਾਂ ਕਿਆ ਕਰ ਤੇ ਇਦਾਂ ਕਿਆ ਕਰ ਨਹੀਂ ਡਾਂਟਣਾ ਉਹਨੂੰ ਕੀ ਉਹ ਤਾਂ ਚਲ ਹੈ ਹੀ ਇਦਾਂ ਸਿਸਟਮ ਵੇਖ ਲਾ ਕੀ ਗੱਲਾਂ ਕਰਨ ਡਈ ਹੈ ਜੇ ਮੰਮੀ ਹੈ ਤਾਂ ਮੰਮੀ ਦਾ ਵੀ ਉਹੀ ਹਾਲ ਹੈ ਜੇ ਇਹ ਹੈ ਤੇ ਇਹਦਾ ਵੀ ਉਹ ਤੋਂ ਵੱਧ ਕੇ ਆ ਜੇ ਉਹ ਨਿਆਣੀ ਆ ਜੇ ਸਕੂਲੋਂ ਆਈ ਆ ਅਕਸਰ ਨੂੰ ਉਹ ਸਕੂਲੋਂ ਲਾਡ ਪਿਆਰ ਨਾਲ ਆਉਂਦੀ ਆ ਬੱਸੇ ਉਹ ਸਕੂਲ ਜਾਂਦੀ ਪ੍ਰਾਈਵੇਟ ਉਹ ਸਕੂਲ ਪਾਈ ਇਹਨਾਂ ਨੇ ਇਹ ਤਾਂ ਜਾਂਦੀ ਵੀ ਵਿਚਾਰੀ ਸਰਕਾਰੀ ਸਕੂਲੋਂ ਇੰਨੀ ਦੂਰ ਉਹ ਤੁਰ ਕੇ ਆਈ ਆ ਕਿਤੇ ਇਹ ਨਹੀਂ ਕਿਤੇ ਚਾਹ ਪਾਣੀ ਦੇ ਦਿਓ ਆਉਂਦਿਆਂ ਉਹਨਾਂ ਲੜਨ ਡੈ ਪਈਆਂ ਚਲ ਕੋਈ ਨਹੀਂ ਪੁੱਤ ਮੈਂ ਚਾਹ ਘੁੱਟ ਬਣਾ ਕੇ ਲਿਆਉਂਦੀ ਹਾਂ ਚੰਗਾ ਠੀਕ